जे आप हैंडीकैप बंदे तक पहुँच सकते हैं तो तुम क्यों नहीं पहुँच सकते घर अपने निकलो जाग कौम जाग पंजाब मेरे जाग तू कपड़ बन के आए जी मौत अगे गोली बज कोई दिक्कत नहीं है जी हरेक दी अखां दे विच पाणियां सुज्जियां पईयां ने अखां पर तुहाडे हौसले दी दा दिंदे ने सारे हक दे लई आपां मर भी जावांगे तां वी कोई चक्कर नहीं हैगा वीरे हैं सिद्धी गोली हक नूं खावांगे वीर जी मेरे डैडी ने मैनूं कहा कोई गल नहीं पुत्त तूं सीधा होके जा जिद्दां मर्जी इक ताण के जाई प्यो दी पिट्ठ नूं दाग ना लाए पग नूं जी ਤਾਂ ਸ਼ੰਭੂ ਬਾਰਡਰ ਦੇ ਉੱਪਰ ਖੜ੍ਹੇ ਹਾਂ ਇੱਕ ਤਸਵੀਰ ਜਿਹੜੀ ਆ ਜੱਜ ਵੀ ਤੁਹਾਨੂੰ ਦਿਖਾਉਣ ਲੱਗਿਆ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੇ ਨੇ ਅਪਾਹਜ ਨੇ ਸਰੀਰ ਪੱਖੋਂ ਪਰ ਜਿਹੜਾ ਹਿੰਮਤ ਹੌਸਲੇ ਦਾ ਦੇਣੀ ਪਊਗੀ ਦੇਖ ਸਕਦੇ ਹੋ ਤੁਸੀਂ ਜਿਹੜੇ ਤਿੰਨੋਂ ਭਰਾ ਜਿਹੜੇ ਨੇ ਇੱਥੇ ਆਏ ਹੋਏ ਨੇ ਨਾ ਬਾਈਆਂ ਨਾਲ ਗੱਲਬਾਤ ਵੀ ਕਰਾਂਗੇ ਬਾਈ ਪਹਿਲਾਂ ਤਾਂ ਕਿਹੜੇ ਪਿੰਡ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਖਰੜ ਤੋਂ ਬਿਲੋਂਗ ਕਰਦਾ ਹੈਗਾ ਖਰੜ ਦੇ ਲਵੇ ਮੇਰਾ ਪਿੰਡ ਹੈਗਾ ਮਲਕਪੁਰ ਅਤੇ ਉੱਥੋਂ ਬਿਲੋਂਗ ਕਰਦਾ ਹੈਗਾ ਜ਼ਿਮੀਂਦਾਰ ਫੈਮਿਲੀ ਤੋਂ ਹਾਂ ਭਾਈ ਮੈਂ ਕਿਹਾ ਜੋ ਅੱਜ ਹੋਇਆ ਜਿਸ ਹਿਸਾਬ ਦੇ ਨਾਲ ਅੱਜ ਇੰਨਾ ਅਗਰੈਸ਼ਨ ਦਿਖਾਇਆ ਗਿਆ ਉਧਰੋਂ ਇੰਨਾ ਗੁੱਸਾ ਦਿਖਾਇਆ ਗਿਆ ਪਹਿਲਾਂ ਨਹੀਂ ਦੇਖਿਆ ਸੀ ਪਰ 250 ਅੱਜ ਕਿਸਾਨ ਜ਼ਖਮੀ ਹੋਇਆ ਹੈਗਾ ਕੀ ਕਹੋਗੇ ਇਸ 'ਤੇ ਨਹੀਂ ਗਲਤ ਗੱਲ ਹੈਗੀ ਹੈ ਉਹਨਾਂ ਦੀ ਪਰ ਕੋਈ ਗੱਲ ਨਹੀਂ ਆਪਾਂ ਵੀ ਇੱਦਾਂ ਨਹੀਂ ਹੈਗਾ ਆਪਣੀ ਪਿੱਛੇ ਟੀਮ ਲੱਗੀ ਹੋਈ ਹੈਗੀ ਆ ਉਹ ਫਸਟ ਏਡ ਦੇ ਰਹੀ ਹੈਗੀ ਉਹਨਾਂ ਨੂੰ ਬਾਕੀ ਹੋਰ ਵੀ ਅਸੀਂ ਪਿੱਛੋਂ ਸਮਾਨ ਲੈ ਕੇ ਆਏ ਹੈਗੇ ਹਾਂ ਉਹਨਾਂ ਦੀ ਹੱਲਾਸ਼ੇਰੀ ਦੇ ਲਈ ਅਸੀਂ ਇੱਥੇ ਪਹੁੰਚੇ ਹੈਗੇ ਹਾਂ ਵੀ ਕੋਈ ਗੱਲ ਨਹੀਂ ਬਾਕੀ ਜਿਹੜੇ ਪਿੱਛੇ ਆਪਣੇ ਹੋਰ ਕਿਸਾਨ ਭਰਾ ਬੈਠੇ ਹੈਗੇ ਘਰਾਂ ਦੇ ਵਿੱਚ ਤਾਂ ਉਹਨਾਂ ਨੂੰ ਇੱਕ ਸੰਦੇਸ਼ ਦੇਣ ਦੇ ਲਈ ਪਹੁੰਚੇ ਹੈਗੇ ਜਦ ਅਸੀਂ ਪਹੁੰਚ ਸਕਦੇ ਹਾਂਗੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਹੈਗੇ ਮੋਦੀ ਸਰਕਾਰ ਨੂੰ ਤਾਂ ਇਹੀ ਬੇਨਤੀ ਹੈ ਪਹਿਲਾਂ ਵੀ ਚਲੋ ਮੋਰਚੇ ਦੇ ਉੱਤੇ ਦੇਖਿਆ ਹੈਗਾ ਅਸੀਂ ਉੱਥੇ ਜਾਂਦੇ ਰਹੇ ਹੈਗੇ ਹਾਂ ਜਿਹੜੇ ਤਿੰਨੇ ਕਾਣੇ ਮਤਲਬ ਕਾਲੇ ਕਾਨੂੰਨ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਉਹ ਵਾਪਸ ਲੈਣ ਜਦ ਪੂੰਜੀਪਤੀਆਂ ਦਾ ਕਰਜ਼ਾ ਮਾਫ਼ ਹੋ ਸਕਦਾ ਤਾਂ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ ਹੈਗਾ ਅਤੇ ਸਾਡੀ ਤਾਂ ਇਹੀ ਮੰਗ ਹੈ ਬਾਈ ਜੀ ਮੈਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦਾ ਜੀ ਅਤੇ ਮੈਂ ਵੀ ਆਪਣੇ ਕਿਸਾਨ ਵੀਰਾਂ ਨੂੰ ਜਾਗਰਿਤ ਕਰਨ ਲਈ ਆਇਆ ਵੀ ਆਪਾਂ ਵੀ ਹੈਂਡੀਕੈਪ ਬੰਦੇ ਜੇ ਆਪਾਂ ਇੱਥੇ ਤੱਕ ਪਹੁੰਚ ਸਕਦੇ ਹਾਂ ਜੇ ਆਪਾਂ ਹੈਂਡੀਕੈਪ ਬੰਦੇ ਇੱਥੇ ਤੱਕ ਪਹੁੰਚ ਸਕਦੇ ਹਾਂ ਤਾਂ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਘਰਾਂ ਵਿੱਚੋਂ ਆਪਣੇ ਨਿਕਲੋ ਜਾਗ ਕੌਮ ਜਾਗ ਪੰਜਾਬ ਮੇਰੇ ਜਾਗ ਤੂੰ ਤਾਂ ਹੀ ਆਪਾਂ ਅੱਗੇ ਵਧਾਂਗੇ ਜੇ ਅੱਜ ਆਪਾਂ ਡਰ ਕੇ ਰਹਿ ਕੇ ਕੱਲ੍ਹ ਨੂੰ ਇਹ ਦਵਾਵਾਂਗੇ ਸਾਨੂੰ ਜੀ ਇਹ ਦਿੱਲੀ ਕੁਛ ਵੀ ਨਹੀਂ ਸੀ ਕੱਲ੍ਹ ਵੀ ਸਾਡੇ ਅੱਜ ਵੀ ਕੁਛ ਵੀ ਆ ਰਹੇ ਸੀ ਘਰਦਿਆਂ ਨੇ ਕੀ ਕਿਹਾ ਵੀ ਇੱਕ ਤਾਂ ਹੁੰਦਾ ਚਲੋ ਬੰਦਾ ਕੇਅਰ ਕਰਦਾ ਵੀ ਚਲੋ ਤੁਸੀਂ ਅਪਾਹਜ ਹੋ ਹਨਾ ਤਾਂ ਮਾਂ ਪਿਓ ਦਾ ਫਿਕਰ ਹੁੰਦਾ ਹੀ ਹੈ ਦੇਖੋ ਮਾਂ ਪਿਓ ਨੂੰ ਤਾਂ ਰਹਿੰਦਾ ਹੀ ਹੈ ਫਿਕਰ ਵੀਰ ਜੀ ਮੇਰੇ ਡੈਡੀ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਪੁੱਤ ਤੂੰ ਸਿੱਧਾ ਹੋ ਕੇ ਜਾ ਜਿੱਦਾਂ ਮਰਜੀ ਇੱਕ ਤਾਣ ਕੇ ਜਾਈ ਪਿਓ ਦੀ ਪਿੱਠ ਨੂੰ ਦਾਗ ਨਾ ਲਾਏ ਪੱਗ ਨੂੰ ਜੀ ਅਤੇ ਮੈਂ ਹੁਣ ਤਣੇ ਅੱਗੇ ਜਾ ਰਿਹਾ ਜੀ ਕੁਛ ਵੀ ਹੋ ਜਾਵੇ ਆਪਾਂ ਕੱਪੜ ਬੰਨ ਕੇ ਆਏ ਜੀ ਮੌਤ ਅੱਗੇ ਗੋਲੀ ਵੱਜ ਜਾ ਕੋਈ ਦਿੱਕਤ ਨਹੀਂ ਹੈ ਜੀ ਆਪਾਂ ਨੂੰ ਗੋਲੀ ਵੀ ਲੱਗ ਜਾ ਕੋਈ ਵੀ ਕੋਈ ਦਿੱਕਤ ਨਹੀਂ ਹੈ ਜੀ ਆਪਾਂ ਜਾਵਾਂਗੇ ਸਿੱਧੇ ਅੱਗੇ ਹੁਣ ਤੁਹਾਡੇ ਹੌਸਲੇ ਦੀ ਅਸੀਂ ਦਾਤ ਦਿੰਦੇ ਹਾਂ ਜਿਸ ਹਿਸਾਬ ਦਾ ਅੱਜ ਮਾਹੌਲ ਸੀ ਬੰਦੇ ਵੈਸੇ ਨਹੀਂ ਉੱਡਦੇ ਬੈਡ ਤੋਂ ਪਰ ਤੁਸੀਂ ਉਹੀ ਗੱਲ ਇੱਥੇ ਪਹੁੰਚੇ ਹੋ ਵੀਰ ਜੀ ਜਿੱਦਾਂ ਕਿ ਆਪਾਂ ਘਰਾਂ ਵਿੱਚ ਵੀ ਪਹਿਲੇ ਆਪਾਂ ਨੂੰ ਇੰਜਰੀ ਹੋਈ ਆਪਾਂ ਘਰਾਂ ਵਿੱਚ ਵੀ ਪਹਿਲੇ ਬੰਦ ਸੀ ਭਾਈ ਤੁਸੀਂ ਕਿੱਥੋਂ ਸੰਗਰੂਰ ਜ਼ਿਲ੍ਹਾ ਵੀਰ ਜੀ ਹਾਂਜੀ ਹਾਂਜੀ ਮੈਂ ਕਿਹਾ ਜਿਵੇਂ ਅੱਜ ਜਿਹੜਾ ਕੁਛ ਹੋਇਆ ਹਨਾ ਬਹੁਤ ਜ਼ਿਆਦਾ ਹਜੇ ਤੱਕ ਦੇਖੋ ਤਾੜ ਤਾੜ ਹੋ ਰਹੀ ਆ ਹਜੇ ਤੱਕ ਹਰੇਕ ਦੀ ਅੱਖਾਂ ਦੇ ਵਿੱਚ ਪਾਣੀਆਂ ਸੁੱਜੀਆਂ ਪਈਆਂ ਨੇ ਅੱਖਾਂ ਪਰ ਤੁਹਾਡੇ ਹੌਸਲੇ ਦੀ ਦਾ ਦਿੰਦੇ ਨੇ ਸਾਰੇ ਜਿਸ ਹਿਸਾਬ ਨਾਲ ਇੱਕ ਜਿਹੜਾ ਹੁੰਦਾ ਨਾ ਕਿ ਹਿੰਮਤ ਤੇ ਹੌਸਲਾ ਉਹ ਕਹਿੰਦਾ ਹਿੰਮਤ ਤੇ ਮਰਦਾ ਮਰਦੇ ਖੁਦਾ ਹਾਂਜੀ ਹਾਂਜੀ ਵੀਰ ਜੀ ਆਪਾਂ ਤਾਂ ਇਹ ਕਹਿ ਰਹੇ ਕਿ ਨਾ ਵੀ ਸਾਰਿਆਂ ਨੇ ਇਹ ਇਕੱਠੇ ਹੋ ਕੇ ਕੰਮ ਬਣਨਾ ਜਿੱਦਾਂ ਪਹਿਲਾਂ ਆਪਾਂ ਇੱਕ ਏਕਤਾ ਬਣਾਈ ਸੀ ਨਾ ਉਦਾਂ ਹੀ ਏਕਤਾ ਦੇ ਨਾਲ ਹੀ ਹੋਣਾ ਸਾਰਾ ਕੁਝ ਹੈ ਜਿਹੜੇ ਵੀਰ ਘਰਾਂ ਦੇ ਵਿੱਚ ਬੈਠੇ ਆ ਜੇ ਨਹੀਂ ਆ ਰਹੇ ਅਸੀਂ ਉਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਵੀ ਦੇਖ ਸਾਡੀ ਬਾਈ ਜਦੋਂ ਨਿਕਲੇ ਘਰਦਿਆਂ ਨੇ ਕੁਝ ਕਿਹਾ ਕਿਉਂਕਿ ਹਰੇਕ ਨੂੰ ਫਿਕਰ ਹੁੰਦਾ ਹਨਾ ਉਹ ਘਰਦਿਆਂ ਨੇ ਪਤਾ ਕਹਿੰਦੇ ਬੇਟਾ ਕਹਿੰਦੇ ਕੋਈ ਨਹੀਂ ਖੁਸ਼ੀ ਖੁਸ਼ੀ ਜਾ ਜੇ ਆਪਣੇ ਹੱਕ ਦੇ ਲਈ ਆਪਾਂ ਮਰ ਵੀ ਜਾਵਾਂਗੇ ਤਾਂ ਵੀ ਕੋਈ ਚੱਕਰ ਨਹੀਂ ਹੈਗੇ ਵੀਰੇ ਹੈ ਸਿੱਧੀ ਗੋਲੀ ਹੱਕ ਨੂੰ ਖਾਵਾਂਗੇ ਪਿੱਠ ਨਹੀਂ ਦਿਖਾਉਣੀ ਆਪਾਂ ਖਾ ਲਈ ਤੁਸੀਂ ਹਾਂਜੀ ਹਾਂਜੀ ਸਾਰੀ ਯੂਨੀਅਨ ਨਾਲ ਆਈ ਹੋਊਗੀ ਹਾਂਜੀ ਹਾਂਜੀ ਪੂਰੀ ਯੂਨੀਅਨ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਹੈ ਕਿਤੇ ਨਾ ਕਿਤੇ ਹਿੰਮਤ ਹੌਸਲੇ ਦੀ ਹੈ ਅਤੇ ਭਾਵੁਕ ਵੀ ਜਿਹੜੀ ਹੈ ਕਰ ਦੇਣ ਵਾਲੀ ਹੈ ਪਰ ਤੁਸੀਂ ਇਹ ਦੇਖ ਸਕਦੇ ਹੋ ਕਿਵੇਂ ਹੌਸਲਾ ਜਿਹੜਾ ਇਹਨਾਂ ਦਾ ਹਿੰਮਤ ਨੂੰ ਦਾਦ ਦੇਣੀ ਜ਼ਰੂਰੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਪਹਾਜ ਹੋਣ ਤੋਂ ਬਾਅਦ ਵੀ ਇਹ ਅੱਜ ਇੱਥੇ ਪਹੁੰਚੇ ਹੋਏ ਨੇ ਕੈਮਰਾ ਪਰਸਨ ਜਸ਼ਨ ਦੇ ਨਾਮ ਮਨਦੀਪ ਜੋਤ ਸ਼ੰਭੂ ਬਾਰਡਰ।